बिस्मिल्लाहिर्रहमानिर्रहीम, अस्सलाम वालेकुम जी व्यूअर्स। अज आप बहुत ही मज़ेदार बिस्किट बनावे, बहुत ही आसान जी रेसिपी थोड़े नाल शेयर करांगी। जे तुसी भी चाहते हो कि इस तरह के जबरदस्त जे बिस्किट बगैर किसी सांचे तो तुसी सिर्फ हत्थां दे नाल ही बना के तैयार कर लो, ते घरदियां कोलों तुहानूं तारीफ भी मिले, ते तुसी वीडियो नूं बिल्कुल भी स्किप करके किते नहीं जाना, वीडियो नूं फुल वॉच करना। मैं बगैर सांचे दे, बगैर किसी एक्सट्रा टूल दे तुसी ये जबरदस्त जे बिस्किट बना सकते हो। ਚਲੋ ਦੇਖਦੇ ਹਾਂ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਬਣਾਇਆ। ਲੇਕਿਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਕਿ ਵੀਡੀਓ ਜੇ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਜੇ। ਚਲੋ ਜੀ ਆਪਾਂ ਰੈਸਪੀ ਸਟਾਰਟ ਕਰਦੇ ਹਾਂ। ਬਿਸਮਿਲ੍ਲਾਹਿਰਰਹਮਾਨਿਰਰਹੀਮ। ਸਭ ਤੋਂ ਪਹਿਲੇ ਇੱਕ ਅੰਡਾ ਲੈ ਲਿਆ ਵਾ, ਅੰਡਾ ਤਕਰੀਬਨ ਮੀਡੀਅਮ ਸਾਈਜ਼ ਦਾ ਵਾ, ਨਾ ਬਹੁਤ ਛੋਟਾ ਅੰਡਾ ਵਾ ਅਤੇ ਨਾ ਹੀ ਜ਼ਿਆਦਾ ਬੜਾ ਅੰਡਾ ਵਾ। ਅਤੇ ਅੰਡਾ ਜੇ ਤਾਂ ਤੁਹਾਨੂੰ ਸ਼ੋਰ ਹੋਵੇ ਕਿ ਅੰਡਾ ਬਿਲਕੁਲ ਸਾਫ਼ ਸੁਥਰਾ ਹੋਏਗਾ ਤਾਂ ਤੁਸੀਂ ਉਹਨੂੰ ਇਸ ਤਰ੍ਹਾਂ ਹੀ ਬਰਤਨ ਦੇ ਵਿੱਚ ਐਡ ਕਰ ਲਓ। ਅਦਰਵਾਈਜ਼ ਪਹਿਲੇ ਉਹਨੂੰ ਅਲੱਗ ਬਰਤਨ 'ਚ ਅੰਡੇ ਨੂੰ ਤੋੜ ਕੇ ਚੈੱਕ ਕਰ ਲਓ ਜੇ ਅੰਡਾ ਪੁਰਾਣਾ ਪਿਆ ਹੋਵੇ। ਅਤੇ ਅੰਡਾ ਜਿਹੜਾ ਵਾ ਰੂਮ ਟੈਂਪਰੇਚਰ ਦਾ ਹੀ ਸੀਗਾ, ਅਤੇ ਅੰਡਾ ਮੈਂ ਇਹਦੇ ਵਿੱਚ ਸ਼ਾਮਿਲ ਕਰ ਦਿੱਤਾ ਵਾ। ਬਹੁਤ ਹੀ ਆਸਾਨ ਜੀ ਰੈਸਪੀ ਹੈ, ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰਨਾ, ਸਟੈਪ ਬਾਏ ਸਟੈਪ ਤੁਹਾਨੂੰ ਦੱਸਾਂਗੀ ਹਰ ਚੀਜ਼। ਅਤੇ ਬਹੁਤ ਹੀ ਵਧੀਆ ਜੇ ਮਜ਼ੇਦਾਰ ਜੇ ਤੁਹਾਡੇ ਬਿਸਕਿਟ ਬਣ ਕੇ ਤਿਆਰ ਹੋਣਗੇ। ਬਿਸਕਿਟ ਤੁਸੀਂ ਆਪਣੇ ਘਰ ਵਿੱਚ ਬਣਾ ਕੇ ਰੱਖ ਸਕਦੇ ਹੋ। ਇਹਨਾਂ ਬਿਸਕਿਟਾਂ ਨੂੰ ਤੁਸੀਂ 2 ਤੋਂ 3 ਮਹੀਨੇ ਤੱਕ ਸਟੋਰ ਵੀ ਕਰ ਸਕਦੇ ਹੋ ਬਗੈਰ ਫਰਿੱਜ ਦੇ। ਫਰਿੱਜ ਤੁਸੀਂ ਨਹੀਂ ਰੱਖਣੇ, ਉਹਦੇ ਨਾਲ ਨਮੀ ਆ ਜਾਏਗੀ। ਕਿਸੇ ਵੀ ਏਅਰ ਟਾਈਟ ਸ਼ੀਸ਼ੇ ਦੇ ਕੰਟੇਨਰ ਦੇ ਵਿੱਚ ਇਹਨਾਂ ਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ। ਅੰਡਾ ਸ਼ਾਮਿਲ ਕਰ ਲਿਆ ਸੀ ਪਹਿਲੇ, ਅਤੇ ਉਸ ਤੋਂ ਬਾਅਦ ਤਕਰੀਬਨ ਹਾਫ ਕੱਪ ਜਿਹੜਾ ਨਾ ਮੈਂ ਘੀ ਦਾ ਸ਼ਾਮਿਲ ਕੀਤਾ, ਅਤੇ ਇਹਨੂੰ ਕਰਾਂਗੇ ਮਿਕਸ ਅੱਛੇ ਤਰੀਕੇ ਦੇ ਨਾਲ, ਬਹੁਤ ਅੱਛੇ ਤਰੀਕੇ ਦੇ ਨਾਲ ਇਹਨੂੰ ਮਿਕਸ ਕਰਨਾ ਵਾ, ਤਾਂ ਕਿ ਅੰਡਾ ਜਿਹੜਾ ਵਾ ਉਹਦੇ ਲੰਬਸ ਵਗੈਰਾ ਜੇ ਰਹਿ ਨਾ ਜਾਣ ਇੱਕ ਸਾਈਡ 'ਤੇ, ਜਿਸ ਤਰ੍ਹਾਂ ਵੀ ਉਸ ਫੇਦੀ ਅਤੇ ਜ਼ਰਦੀ ਲੈਦਾ ਲੈਦਾ ਨਾ ਰਹਿ ਜਾਵੇ। ਸਭ ਨੂੰ ਤੁਸੀਂ ਅੱਛੇ ਤਰੀਕੇ ਨਾਲ ਮਿਕਸ ਕਰ ਲੈਣਾ ਆਇਲ ਦੇ ਨਾਲ। ਅਤੇ ਇਹਦੇ ਵਿੱਚ ਮੈਂ ਅੱਧੀ ਕਟੋਰੀ ਜਿਹੜੀ ਹੈ ਚੀਨੀ ਦੀ ਸ਼ਾਮਿਲ ਕਰ ਦਿੱਤੀ ਆ। ਅਤੇ ਚੀਨੀ ਤਾਂ ਮੈਂ ਤੁਹਾਨੂੰ ਦੱਸਦੀ ਸਮਾਂ ਮੈਂ ਬਿਲਕੁਲ ਨੋਰਮਲ ਮਿੱਠਾ ਰੱਖਿਆ ਵਾ ਇਹਦੇ ਵਿੱਚ। ਜੇ ਤੁਸੀਂ ਥੋੜ੍ਹੀ ਮਿਠਾਸ ਜ਼ਿਆਦਾ ਪਸੰਦ ਕਰਦੇ ਹੋ ਤਾਂ ਚੀਨੀ ਤੁਸੀਂ ਥੋੜ੍ਹੀ ਜਿਹੀ ਜ਼ਿਆਦਾ ਵੀ ਕਰ ਸਕਦੇ ਹੋ, ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਇਹਨੂੰ ਘਟਾ ਅਤੇ ਵਧਾ ਸਕਦੇ ਹੋ। ਅਤੇ ਇਹ ਬਿਲਕੁਲ ਨੋਰਮਲ ਸੀ, ਬਹੁਤ ਜ਼ਿਆਦਾ ਕਮ ਵੀ ਨਹੀਂ ਸੀ ਅਤੇ ਬਹੁਤ ਜ਼ਿਆਦਾ ਤੇਜ਼ ਵੀ ਨਹੀਂ ਸੀ। ਅਤੇ ਤਿੰਨਾਂ ਚੀਜ਼ਾਂ ਨੂੰ ਆਪਾਂ ਅੱਛੇ ਤਰੀਕੇ ਦੇ ਨਾਲ ਮਿਕਸ ਕਰ ਲਿਆ ਵਾ। ਕੋਈ ਵੀ ਆਪਾਂ ਐਕਸਟਰਾ ਚੀਜ਼ ਅਸੀਂ ਇਹਦੇ ਵਿੱਚ ਸ਼ਾਮਿਲ ਨਹੀਂ ਕਰਨੀ ਜਿਹੜੀ ਕਿ ਤੁਹਾਨੂੰ ਘਰ ਦੇ ਵਿੱਚ ਨਾ ਮਿਲੇ। ਅਤੇ ਇਹ ਮੈਂ ਤਕਰੀਬਨ ਅੱਧਾ ਚਮਚ ਜਿਹੜਾ ਵਾ ਨਾ, ਅੱਧੇ ਚਮਚ ਤੋਂ ਵੀ ਥੋੜ੍ਹਾ ਜਿਹਾ ਕਮ ਸੀਗਾ ਕੋਰਨ ਬੇਕਿੰਗ ਪਾਊਡਰ ਨੂੰ ਤੁਸੀਂ ਛਾਣ ਕੇ ਇਸਤੇਮਾਲ ਕਰਨਾ ਵਾ, ਕਿਉਂਕਿ ਮੌਸਮ ਜਿਹੜਾ ਵਾ ਇਸ ਤਰ੍ਹਾਂ ਦਾ ਵਾ ਕਿ ਇਸ ਮੌਸਮ ਦੇ ਵਿੱਚ ਤਕਰੀਬਨ ਚੀਜ਼ਾਂ ਨੂੰ ਕੀੜਾ ਵਗੈਰਾ ਲੱਗ ਜਾਂਦਾ ਵਾ। ਅਤੇ ਮੈਨੂੰ ਇਸੇ ਲਈ ਛਾਣ ਕੇ ਇਸਤੇਮਾਲ ਕੀਤਾ, ਵਿੱਚੋਂ ਨਿਕਲਿਆ ਤਾਂ ਕੁਛ ਨਹੀਂ, ਲੇਕਿਨ ਫਿਰ ਵੀ ਚਲੋ ਸ਼ੱਕ ਦੂਰ ਹੋ ਜਾਂਦਾ ਇਨਸਾਨ ਦਾ। ਅਤੇ ਨਮਕ ਲਵਾਂਗੇ ਬਿਲਕੁਲ 2 ਚੁਟਕੀ ਦੇ ਬਰਾਬਰ ਨਮਕ, ਆਪਾਂ ਇਹਦੇ ਵਿੱਚ ਟੇਸਟ ਨੂੰ ਬੈਲੈਂਸ ਕਰਨ ਵਾਸਤੇ ਸ਼ਾਮਿਲ ਕਰਾਂਗੇ। ਇਹਨਾਂ ਚੀਜ਼ਾਂ ਨੂੰ ਕਰ ਲਾਂਗੇ ਮਿਕਸ ਅੱਛੇ ਤਰੀਕੇ ਦੇ ਨਾਲ। ਅਤੇ ਇਹਦੇ ਵਿੱਚ ਮੈਂ ਮੈਦਾ ਸ਼ਾਮਿਲ ਕੀਤਾ ਵਾ, ਅਤੇ ਇਹ ਮੇਰੇ ਕੋਲ ਆਟਾ ਵਾ, ਦੋਨੇ ਅੱਧੇ ਅੱਧੀਆਂ ਕਟੋਰੀਆਂ ਵਾ, ਅੱਧੀ ਅੱਧੀ ਕਟੋਰੀ ਦੋਨਾਂ ਚੀਜ਼ਾਂ ਦੀ ਸ਼ਾਮਿਲ ਕਰ ਦਿੱਤੀ ਆ। ਬਹੁਤ ਅੱਛੇ ਤਰੀਕੇ ਦੇ ਨਾਲ ਇਹਨਾਂ ਨੂੰ ਹੁਣ ਤੁਸੀਂ ਮਿਕਸ ਕਰ ਲਓ। ਤੁਸੀਂ ਆਪਣੀ ਮਰਜ਼ੀ ਦੇ ਨਾਲ ਜੇ ਚੀਜ਼ਾਂ ਵਧਾ ਘਟਾ ਸਕਦੇ ਹੋ ਤੁਸੀਂ, ਅਤੇ ਫਿਰ ਤੁਸੀਂ ਜੇ ਤੁਹਾਨੂੰ ਲੱਗੇ ਕਿ ਤੁਸੀਂ ਅੰਡਾ ਫੁੱਲ ਸ਼ਾਮਿਲ ਕਰ ਲਿਆ ਵਾ ਅਤੇ ਘੀ ਤੁਸੀਂ ਕਮ ਕਰ ਲਿਆ ਵਾ, ਅਤੇ ਫਿਰ ਜੇ ਥੋੜ੍ਹਾ ਬਹੁਤ ਤੁਹਾਨੂੰ ਲਿਕੁਇਡ ਲੱਗੇ ਨਾ, ਥੋੜ੍ਹਾ ਜਿਹਾ ਨਰਮ ਲੱਗੇ ਡੋ ਤੁਹਾਨੂੰ, ਅਤੇ ਤੁਸੀਂ ਉਹਦੇ ਵਿੱਚ ਥੋੜ੍ਹਾ ਜਿਹਾ ਮੈਦਾ ਜਾਂ ਥੋੜ੍ਹਾ ਜਿਹਾ ਤੁਸੀਂ ਆਟਾ ਜਿਹੜਾ ਵਾ ਇਹਦੇ ਵਿੱਚ ਸ਼ਾਮਿਲ ਕਰ ਸਕਦੇ ਹੋ। ਕੋਈ 1-2 ਚਮਚ ਦੇ ਨਾਲ ਕੋਈ ਟੇਸਟ 'ਤੇ ਇੰਨਾ ਫਰਕ ਨਹੀਂ ਪਏਗਾ, ਜ਼ਬਰਦਸਤ ਜਿਹੀ ਰੈਸਪੀ ਤੁਹਾਡੀ ਬਣ ਕੇ ਤਿਆਰ ਹੋਏਗੀ। ਅਤੇ ਜੇ ਤੁਹਾਨੂੰ ਲੱਗੇ ਕਿ ਤੁਹਾਡਾ ਜਿਹੜੀ ਆ ਡੋ ਵਗੈਰਾ ਸਖਤ ਬਣ ਗਈ ਆ, ਅਤੇ ਆਟਾ ਤੁਹਾਡੇ ਕੋਲੋਂ ਜ਼ਿਆਦਾ ਸ਼ਾਮਿਲ ਕਰ ਹੋ ਗਿਆ ਵਾ, ਅਤੇ ਫਿਰ ਵੀ ਇਹਦੇ ਵਿੱਚ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ, ਫਿਰ ਤੁਸੀਂ ਕੀ ਕਰਨਾ ਵਾ ਥੋੜ੍ਹਾ ਜਿਹਾ ਘੀ ਇਹਦੇ ਵਿੱਚ ਹੋਰ ਸ਼ਾਮਿਲ ਕਰ ਲੈਣਾ ਵਾ, ਅਤੇ ਡੋ ਜਿਹੜੀ ਆ ਤੁਹਾਡੀ ਜ਼ਬਰਦਸਤ ਚੀਜ਼ ਸੈੱਟ ਹੋ ਜਾਏਗੀ। ਬਸ ਕੋਸ਼ਿਸ਼ ਕਰਿਆ ਕਰੋ ਕਿ ਘਰ ਦੇ ਵਿੱਚ ਚੀਜ਼ਾਂ ਸਾਫ਼ ਸੁਥਰੀਆਂ ਬਣਾ ਕੇ ਬੱਚਿਆਂ ਨੂੰ ਦਿਓ, ਕੋਈ ਇੰਨੀਆਂ ਜ਼ਿਆਦਾ ਮੁਸ਼ਕਿਲ ਨਹੀਂ ਹੁੰਦੀਆਂ ਬਣਾਉਣੀਆਂ।
ਚਮਚ ਨੂੰ ਅੱਛੇ ਤਰੀਕੇ ਨਾਲ ਸਾਫ਼ ਕਰਦੇ ਹਾਂ। ਸਾਫ਼ ਕਰਨ ਤੋਂ ਬਾਅਦ ਇਹਨੇ ਇੱਕ ਦਫ਼ਾ ਹੱਥ ਦੇ ਨਾਲ ਸਾਰੀ ਡੋ ਨੂੰ ਨਾ ਮਸਲ ਲੈਂਦੇ ਹਾਂ ਤਾਂ ਕਿ ਅੱਛੀ ਜਿਹੀ ਇਹ ਬਾਇੰਡ ਹੋ ਜਾਵੇ। ਅੱਛੀ ਜਿਹੀ ਬਾਇੰਡਿੰਗ ਕੰਸਿਸਟੈਂਸੀ ਇਹਦੀ ਹੋਣੀ ਚਾਹੀਦੀ ਹੈ ਬਸ। ਹੋਰ ਤੁਸੀਂ ਜ਼ਿਆਦਾ ਕੋਈ ਇਹਨੂੰ ਆਟੇ ਤਰ੍ਹਾਂ ਨੀਡ ਨਹੀਂ ਕਰਨਾ ਕਿ ਬਹੁਤ ਜ਼ਿਆਦਾ ਦੇਰ ਤੱਕ ਗੁੰਨਣਾ ਵਾ ਜਾਂ ਇਹਨੂੰ ਤੁਸੀਂ ਕੋਈ ਰੈਸਟ ਵਗੈਰਾ ਜ਼ਿਆਦਾ ਦੇਣਾ ਵਾ, ਐਸਾ ਕੋਈ ਸੀਨ ਨਹੀਂ ਇਹਦੇ ਵਿੱਚ। ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਅਤੇ ਇਹ ਦੇਖੋ ਡੋ ਆਪਣੀ ਤਕਰੀਬਨ ਤਿਆਰ ਹੋ ਗਈ ਹੈ। ਬਸ ਇੰਨਾ ਕੁ ਕਿ ਬਰਤਨ ਦੇ ਨਾਲ ਚਿਪਕ ਨੂੰ ਜਦੋਂ ਹਟ ਜਾਏਗੀ ਤਾਂ ਤੁਸੀਂ ਸਮਝ ਲਓ ਕਿ ਡੋ ਤੁਹਾਡੀ ਨਾ ਬਿਲਕੁਲ ਤਿਆਰ ਆ। ਮੇਰੇ ਬਾਕੀ ਦੇ ਚੈਨਲ ਦਾ ਵਿਜ਼ਿਟ ਕਰੋ, ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ ਅਤੇ ਜ਼ਰੂਰ ਉਹਨਾਂ ਨੂੰ ਵੀ ਲਾਈਕ ਕਰੋ ਅਤੇ ਸ਼ੇਅਰ ਕਰੋ। ਬਹੁਤ ਹੀ ਆਸਾਨ ਆਸਾਨ ਜੀਆਂ ਅਤੇ ਘਰ ਦੇ ਚੀਜ਼ਾਂ ਨਾਲ ਬਣਨ ਵਾਲੀਆਂ ਰੈਸਪੀਜ਼ ਲੈ ਕੇ ਆਈਦੀਆਂ ਨੇ, ਅਤੇ ਤਾਂ ਕਿ ਜਿਹੜੇ ਬਿਗਨਰਸ ਨੇ, ਬੱਚੀਆਂ ਨੇ ਨਵੀਂ ਨਵੀਂ ਕੁਕਿੰਗ ਸ਼ੁਰੂ ਕੀਤੀ ਆ, ਉਹਨਾਂ ਵਾਸਤੇ ਕੋਈ ਮੁਸ਼ਕਿਲ ਨਾ ਹੋਵੇ। ਅਤੇ ਇਹਨੂੰ ਆਪਾਂ ਦੋ ਹਿੱਸਿਆਂ 'ਚ ਡਿਵਾਈਡ ਕਰ ਲਾਂਗੇ ਡੋ ਨੂੰ। ਇੱਕ ਡੋ ਨੂੰ ਆਪਾਂ ਸਾਈਡ 'ਤੇ ਕੱਟ ਦਿੱਤਾ ਵਾ, ਅਤੇ ਇਹ ਵਾਲੀ ਡੋ ਜਿਹੜੀ ਆ, ਕਿਉਂਕਿ ਆਪਾਂ ਡਬਲ ਕਲਰ ਦੇ ਬਿਸਕਿਟ ਤਿਆਰ ਕਰ ਰਹੇ ਹਾਂ, ਅਤੇ ਇਸ ਲਈ ਇਹਨੂੰ ਆਪਾਂ ਜਿਹੜਾ ਵਾ ਨਾ ਅੱਧੀ ਡੋ ਆਪਾਂ ਸਾਦਾ ਕੱਢ ਕੇ ਰੱਖ ਦਿੱਤੀ ਹੈ। ਅਤੇ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਜਿਹੜਾ ਕੋਕੋ ਪਾਊਡਰ ਸ਼ਾਮਿਲ ਕਰਾਂਗੇ, ਥੋੜ੍ਹਾ ਜਿਹਾ ਇੱਕ ਦਫ਼ਾ ਇਹਨੂੰ ਮੈਂ ਕਿਹਾ ਥੋੜ੍ਹਾ ਜਿਹਾ ਹੋਰ ਮਸਲ ਲਵਾਂ। ਅਤੇ ਕੋਕੋ ਪਾਊਡਰ ਪਾਉਣ ਤੋਂ ਬਾਅਦ ਵੀ ਮੇਰੀ ਡੋ ਜਿਹੜੀ ਆ ਸਖਤ ਨਹੀਂ ਸੀ ਹੋਈ, ਬਾਜ਼ੂਕਾਤ ਹੋ ਜਾਂਦਾ ਮੇਜਰਮੈਂਟ ਦਾ ਕੋਈ ਇਸ਼ੂ ਹੋਵੇ। ਅਤੇ ਜਿਹੜੀ ਡੋ ਆ ਨਾ ਜੇ ਸਖਤ ਹੋ ਜਾਵੇ, ਇੰਨੇ ਪਾਊਡਰ ਦੇ ਨਾਲ ਸਖਤ ਹੋਣੀ ਨਹੀਂ ਚਾਹੀਦੀ, ਲੇਕਿਨ ਫਿਰ ਵੀ ਜੇ ਕਿਸੇ ਕੇਸ 'ਚ ਹੋ ਜਾਵੇ ਤਾਂ ਫਿਰ ਤੁਸੀਂ ਇਹਨੂੰ ਥੋੜ੍ਹਾ ਜਿਹਾ ਘੀ ਦਾ ਹੱਥ ਹੋਰ ਲਾ ਲਿਓ। ਕੋਕੋ ਪਾਊਡਰ ਨੂੰ ਅੱਛੇ ਤਰੀਕੇ ਦੇ ਨਾਲ ਇਹਦੇ ਵਿੱਚ ਮਿਕਸ ਕਰ ਲਾਂਗੇ। ਕੋਕੋ ਪਾਊਡਰ ਵੀ ਕੋਈ ਇੰਨੀ ਮਹਿੰਗੀ ਚੀਜ਼ ਨਹੀਂ, 110 ਰੁਪਏ ਦੀ ਛੋਟਾ ਪੈਕਿੰਗ ਆ ਜਾਂਦੀ ਹੈ ਜਿਹੜੀ ਕਾਫੀ ਦਫ਼ਾ ਇਸਤੇਮਾਲ ਹੋ ਜਾਂਦੀ ਹੈ। ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਛੋਟੀਆਂ ਮੋਟੀਆਂ ਜਿਹੜੀਆਂ ਉਹ ਘਰ ਦੇ ਵਿੱਚ ਜ਼ਰੂਰ ਲਿਆ ਕੇ ਰੱਖਿਆ ਕਰੋ, ਤਾਂ ਕਿ ਇਨ ਟਾਈਮ ਤੁਹਾਨੂੰ ਕੋਈ ਟੈਨਸ਼ਨ ਨਾ ਬਣੇ ਜੇ ਤੁਸੀਂ ਕੋਈ ਚੀਜ਼ ਬਣਾ ਕੇ ਬੱਚਿਆਂ ਨੂੰ ਦੇ ਰਹੇ ਹੋ। ਇਹਨੂੰ ਅੱਛੇ ਤਰੀਕੇ ਦੇ ਨਾਲ ਆਪਾਂ ਮਿਕਸ ਕਰ ਲੈਣਾ ਵਾ ਡੋ ਨੂੰ। ਇੱਥੇ ਤੱਕ ਤੁਸੀਂ ਜੇ ਵੀਡੀਓ ਦੇਖ ਚੁੱਕੇ ਹੋ, ਜੇ ਵੀਡੀਓ ਤੁਹਾਨੂੰ ਜ਼ਰਾ ਵੀ ਅੱਛੀ ਲੱਗ ਰਹੀ ਹੈ ਤਾਂ ਜ਼ਰੂਰ ਉਹਨੂੰ ਲਾਈਕ ਕਰ ਦਿਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਚੈਨਲ 'ਤੇ ਪਹਿਲੀ ਦਫ਼ਾ ਆਏ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਦੇਖੋ ਮਾਸ਼ਾਅੱਲਾ ਕਿੰਨੀ ਜ਼ਬਰਦਸਤ ਜੀ ਡੋ ਆਪਣੀ ਤਿਆਰ ਹੋ ਗਈ ਆ। ਹੁਣ ਆਪਾਂ ਕੀ ਕਰਾਂਗੇ, ਛੋਟੇ ਛੋਟੇ ਬੋਲ ਬਣਾ ਲਾਂਗੇ। ਇਸ ਤੋਂ ਛੋਟਾ ਬੋਲ ਤੁਸੀਂ ਬਣਾਉਣਾ ਚਾਹੋ ਤਾਂ ਉਹ ਵੀ ਬਣਾ ਸਕਦੇ ਹੋ, ਬਸ ਮੈਂ ਇੰਨੇ ਕੀ ਨੋਰਮਲ ਸਾਈਜ਼ ਦੇ ਛੋਟੇ ਬੋਲ ਬਣਾਵਾਂਗੀ। ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਲੈਦਾ ਤੋਂ ਵੀ ਚੋਕਲੇਟ ਬਿਸਕਿਟ ਇਸੇ ਤਰੀਕੇ ਨਾਲ ਇਹਨਾਂ ਨੂੰ ਬੇਲ ਕੇ ਕੁਕੀ ਕਟਰ ਦੇ ਨਾਲ ਕੱਟ ਕੇ ਅਤੇ ਤੁਸੀਂ ਬਣਾ ਸਕਦੇ ਹੋ, ਲੇਕਿਨ ਡਬਲ ਕਲਰ ਦੇ ਬਣਾਵਾਂਗੇ ਤਾਂ ਕਿ ਬੱਚੇ ਜ਼ਿਆਦਾ ਖੁਸ਼ ਹੋਣ। ਅਤੇ ਇਹ ਦੂਸਰੀ ਜਿਹੜੀ ਪਲੇਨ ਡੋ ਮੈਂ ਕੱਢ ਲਈ ਸੀ ਜਿਸ ਕਲਰ ਦੀ ਸੀ ਸ਼ਾਮਿਲ ਕੀਤਾ, ਉਹਦੇ ਨਾਲ ਵੀ ਛੋਟੇ ਛੋਟੇ ਪੇੜੇ ਬਣਾ ਲਿਆ। ਅਤੇ ਹੁਣ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਹੱਥ 'ਤੇ ਹੀ ਅਰੇਂਜ ਕਰਾਂਗੇ। ਇਹ ਤੁਸੀਂ ਹੁਣ ਦੇਖਦੇ ਜਾਣਾ ਵਾ, ਪਹਿਲੇ ਮੈਂ ਤੁਹਾਨੂੰ ਜਿਹੜਾ ਵਾ ਨਾ ਇਹ ਚਾਰ ਦੇ ਨਾਲ ਬਣਾਉਣਾ ਦੱਸਾਂਗੀ। ਦੋ ਆਪਾਂ ਦੂਸਰੀਆਂ ਕਟੋਰੀਆਂ ਸੋਰੀ ਗੋਲੀਆਂ ਲੈ ਲਈਆਂ ਵਾ ਸਾਦਾ, ਅਤੇ ਦੋ ਹੀ ਚੋਕਲੇਟ ਵਾਲੀਆਂ। ਅਤੇ ਇਹਨੂੰ ਇਸ ਤਰ੍ਹਾਂ ਹੱਥ 'ਤੇ ਰੱਖ ਕੇ ਜਿਸ ਤਰ੍ਹਾਂ ਆਪਾਂ ਪੇੜਾ ਘੁਮਾਈਦਾ ਨਾ, ਤਾਂ ਦੇਖੋ ਇਹਨੂੰ ਘੁਮਾਓਗੇ ਤਾਂ ਦੇਖੋ ਮਾਸ਼ਾਅੱਲਾ ਕਿੰਨਾ ਜ਼ਬਰਦਸਤ ਜਿਹਾ ਬਿਸਕਿਟ ਆਪਣਾ ਬਣ ਕੇ ਤਿਆਰ ਹੋ ਗਿਆ ਵਾ। ਕੋਈ ਆਪਾਂ ਨੂੰ ਕਿਸੇ ਸਾਂਚੇ ਦੀ, ਕਿਸੇ ਐਕਸਟਰਾ ਟੂਲ ਦੀ ਜ਼ਰੂਰਤ ਨਹੀਂ ਪਈ। ਤਾਂ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਜਿਹਾ ਬਿਸਕਿਟ ਬਣ ਕੇ ਆਪਣਾ ਤਿਆਰ ਹੋ ਗਿਆ ਵਾ। ਬਿਸਕਿਟ ਦਾ ਸਾਈਜ਼ ਤੁਹਾਨੂੰ ਫਿਲਹਾਲ ਛੋਟਾ ਲੱਗ ਰਿਹਾ ਹੋਵੇਗਾ, ਲੇਕਿਨ ਇਹ ਛੋਟਾ ਨਹੀਂ ਗਾ ਕਿਉਂਕਿ ਇਹਦੀ ਜਦੋਂ ਬੇਕਿੰਗ ਤੋਂ ਬਾਅਦ ਥੋੜ੍ਹਾ ਜਿਹਾ ਇਹਦਾ ਸਾਈਜ਼ ਜਿਹੜਾ ਬੜਾ ਹੋ ਜਾਣਾ ਵਾ। ਇਸ ਲਈ ਪਹਿਲੇ ਬਿਸਕਿਟ ਦਾ ਸਾਈਜ਼ ਨਾ ਥੋੜ੍ਹਾ ਛੋਟਾ ਹੀ ਰੱਖ ਲਿਆ ਕਰੋ। ਅਤੇ ਇਹ ਟ੍ਰੇ ਮੈਂ ਤਿਆਰ ਕਰ ਲਈ ਸੀਗੀ, ਪਹਿਲੇ ਇਹਦੇ ਵਿੱਚ ਗਰੀਸ ਕਰਕੇ ਇਹਨੂੰ ਘੀ ਦੇ ਨਾਲ, ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਤੁਸੀਂ ਮੈਦਾ ਜਾਂ ਸੁੱਕਾ ਆਟਾ ਜਿਹੜੀ ਚੀਜ਼ ਵੀ ਡਸਟ ਕਰਕੇ, ਅਤੇ ਐਕਸਟਰਾ ਜਿਹੜਾ ਉਹਨੂੰ ਤੁਸੀਂ ਚਾਟ ਦੇਣਾ ਵਾ। ਪਹਿਲੇ ਮੈਂ ਬਿਸਕਿਟ ਦੀ ਵੀਡੀਓ ਵਿੱਚ ਇੱਕ ਦੋ ਦਫ਼ਾ ਇਹ ਚੀਜ਼ ਦੱਸੀ ਵੀ ਹੋਈ ਆ, ਅਤੇ ਇਸ ਲਈ ਅੱਜ ਮੈਂ ਟ੍ਰੇ ਵੈਸੇ ਹੀ ਤਿਆਰ ਕਰ ਲਈ। ਅਤੇ ਦੇਖੋ ਹੁਣ ਆਪਾਂ ਤਿੰਨ ਤਿੰਨ ਜਿਹੜੀਆਂ ਨਾ ਬੋਲਸ ਲਵਾਂਗੇ। ਅਤੇ ਇਸ ਤੋਂ ਇਸ ਤਰ੍ਹਾਂ ਥੋੜ੍ਹਾ ਜਿਹਾ ਨਜ਼ਦੀਕ ਕਰ ਲਓ ਹੱਥ ਦੇ ਨਾਲ, ਕਲੋਜ਼ ਕਰਨ ਤੋਂ ਬਾਅਦ
देखो माशाल्लाह माशाल्लाह, देखो कितना ज़बरदस्ती शेप आ गई है, बहुत ही ज़बरदस्ती डिजाइनिंग भी हो गई है। इसी तरीके नाल आपां सारे बिस्किट तैयार कर लेंगे, बस तुहाडा हाथ दे चक्कर नूं घुमाउण दा जिहड़ा वा ना उही होएगा कि हर बिस्किट जिहड़ा बहुत ही ज़बरदस्त जिहा बनेगा। सारे बिस्किट तैयार करदे हां ते फिर तुहानूं दसदे हां, ते इन्नी देर च पतीला जिहड़ा वा तुसीं उहनूं प्री हीट होण लई रख देना वा, 5-7 मिनट वास्ते ज़रूर उहनूं प्री हीट करना वा। ते इह देखो माशाल्लाह, ਉਹਨਾਂ ਦੇ ਵਿੱਚ ਆਪਾਂ ਇਹਨੂੰ ਰੱਖ ਦਿੱਤਾ ਵਾ ਬਿਸਕਿਟਾਂ ਨੂੰ, ਅਤੇ ਇਹਨੂੰ ਆਪਾਂ 2 ਮਿੰਟ ਵਾਸਤੇ, ਸਿਰਫ 2 ਮਿੰਟ ਵਾਸਤੇ ਜ਼ਿਆਦਾ ਅੱਗ 'ਤੇ ਰੱਖਿਆ ਵਾ, ਅਤੇ ਉਸ ਤੋਂ ਬਾਅਦ ਜਿਹੜਾ ਵਾ ਫਲੇਮ ਦੇਖ ਲਓ ਤੁਸੀਂ, ਬਿਲਕੁਲ ਦਮ ਵਾਲੇ ਫਲੇਮ 'ਤੇ ਇਹਨੂੰ ਆਪਾਂ ਰੱਖ ਦੇਣਾ ਵਾ। ਅਤੇ ਇਹ ਮਾਸ਼ਾਅੱਲਾ 25 ਮਿੰਟ, ਪੂਰੇ 25 ਮਿੰਟ ਤੋਂ ਬਾਅਦ ਆਪਾਂ ਇਹਨਾਂ ਨੂੰ ਚੈੱਕ ਕੀਤਾ ਵਾ, ਅਤੇ ਚੈੱਕ ਕਰਨ ਤੋਂ ਬਾਅਦ ਦੇਖੋ ਟੁੱਥਪਿਕ ਇੱਕ ਦੇ ਵਿੱਚ ਤੁਸੀਂ ਲਾ ਕੇ ਦੇਖ ਲੈਣੀ ਆ, ਅਤੇ ਬਿਲਕੁਲ ਜੇ ਟੁੱਥਪਿਕ ਤੁਹਾਡੀ ਖੁਸ਼ਕ ਆਵੇ ਤਾਂ ਸਮਝ ਲਓ ਬਿਸਕਿਟ ਅੰਦਰ ਤੱਕ ਬੇਕ ਹੋ ਗਏ ਆ। ਇਹ ਦੇਖੋ ਮਾਸ਼ਾਅੱਲਾ ਕਿੰਨੇ ਜ਼ਬਰਦਸਤ ਬਿਸਕਿਟ ਆਪਣੇ ਬੇਕ ਹੋ ਗਏ ਆ। ਇਹ ਦੇਖੋ ਇਹਨਾਂ ਦੀ ਬੈਕ ਸਾਈਡ ਵੀ ਬਿਲਕੁਲ ਵੀ ਜਲੀ ਨਹੀਂ ਅਤੇ ਨਾ ਹੀ ਬਿਲਕੁਲ ਕੱਚੀ ਆ, ਬਹੁਤ ਹੀ ਮਜ਼ੇਦੇ ਅਤੇ ਬਹੁਤ ਹੀ ਜ਼ਬਰਦਸਤ ਜਿਹੇ ਬਿਸਕਿਟ ਤਿਆਰ ਹੋਏ ਨੇ। ਇਹਨਾਂ 'ਚ ਮੈਂ ਚੀਨੀ ਦਾ ਇਸਤੇਮਾਲ ਕਮ ਕੀਤਾ ਵਾ, ਈਵਨ ਕਿ ਸ਼ੂਗਰ ਦੇ ਪੇਸ਼ੈਂਟ ਵੀ ਥੋੜ੍ਹਾ ਬਹੁਤ ਇਹਨੂੰ ਖਾ ਸਕਦੇ ਆ। ਅਤੇ ਇਹ ਦੇਖੋ ਮਾਸ਼ਾਅੱਲਾ ਬਿਸਕਿਟ ਅੰਦਰੋਂ ਕਿੰਨਾ ਜ਼ਬਰਦਸਤ ਜਿਹਾ ਖਸਤਾ ਬਣਿਆ ਵਾ, ਅਤੇ ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਜੀ ਫਾਈਨਲ ਲੁੱਕ। ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ, ਅਤੇ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਮੇਰੇ ਬਾਕੀ ਦੇ ਚੈਨਲ ਦਾ ਵਿਜ਼ਿਟ ਕਰੋ, ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ ਅਤੇ ਜ਼ਰੂਰ ਉਹਨਾਂ ਨੂੰ ਵੀ ਲਾਈਕ ਕਰੋ, ਆਪਣੀ ਫੈਮਿਲੀ ਅਤੇ ਫਰੈਂਡਸ ਦੇ ਵਿੱਚ ਸ਼ੇਅਰ ਵੀ ਕਰੋ। ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਬਿਸਕਿਟ ਤਿਆਰ ਹੋ ਗਏ, ਮਿਲਦੇ ਹਾਂ ਕਿਸੇ ਨੈਕਸਟ ਵੀਡੀਓ 'ਚ, ਉਦੋਂ ਤੱਕ ਲਈ ਅੱਲਾ ਹਾਫਿਜ਼।